ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦਾ ਜੀ ਕੰਮ ਵੀਰੋ, ਬਹੁਤ ਵਧੀਆ, ਅਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਅਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਯੂਟਿਊਬ ਚੈਨਲ ਸਰਬਜੀਤ ਮਹਲ ਬਲੌਗਸ 'ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ, ਦੁੱਧ ਧੀ ਪੁੱਤ ਖੁਸ਼ੀਆਂ ਖੇੜੇ, ਤੁਹਾਡੇ ਸਾਰਿਆਂ ਦੀਆਂ ਕਮਾਈਆਂ 'ਚੋਂ ਬਣ ਜੀ ਬਰਕਤਾਂ। ਲਓ ਜੀ, ਚੱਲ ਰਿਹਾ ਖੇਤੀਬਾੜੀ ਦੇ ਕੰਮ, ਸੁਬਾਹ ਦਾ ਟਾਈਮ ਹੈ ਵੀਰੋ, ਹਲੇ ਸਮਝ ਲਓ ਵੀ ਦਿਨ ਸ਼ੁਰੂ ਹੋਇਆ ਨਾਲ ਦੀ ਨਾਲੇ ਖੇਤ ਦੇ ਵਿੱਚ। ਇਹ ਡੇਲੀ ਦੀ ਰੂਟੀਨ ਹੈ ਜੀ, ਸੁਬਾਹ ਉੱਠ ਕੇ ਪਹਿਲਾਂ ਖੇਤ, ਅਤੇ ਖੇਤ ਤੋਂ ਬਾਅਦ ਫਿਰ ਹੋਰ ਕੰਮ ਸ਼ੁਰੂ। ਅਤੇ ਬਹੁਤ ਵਧੀਆ ਫਸਲ ਹੋ ਰਹੀ ਹੈ ਵੀਰੋ ਇਸ ਵਾਰੀ, ਤੁਹਾਨੂੰ ਪਤਾ ਵੀ ਠੰਡ ਨੇ ਆਪਣਾ ਵੀ ਜ਼ੋਰ ਲਾਤਾ, ਫਸਲ ਨੇ ਵੀ ਆਪਣਾ ਜ਼ੋਰ ਲਾਤਾ, ਦੋਨੇ ਚੀਜ਼ਾਂ ਕਹਿੰਦੇ ਹਨ ਪ੍ਰੋਪਰ ਹੈ, ਵਧੀਆ ਚੱਲ ਰਹੀਆਂ। ਅਤੇ ਕਣਕ ਜੀ ਹੁਣ ਰੰਗ ਲੱਗ ਗਈ ਵੱਟਣ, ਬਸ ਦਿਨ ਵੀ ਕਿੰਨੇ ਕੁ ਰਹਿ ਗਏ ਜੀ, ਥੋੜ੍ਹੇ ਜਿਹੇ ਰਹਿ ਗਏ, ਮੈਨੂੰ ਲੱਗਦੀ ਵੀ 20 ਤੋਂ 25 ਦਿਨ ਦੇ ਵਿੱਚ ਜਿਹੜੀ ਕਣਕ ਇਹ ਵਾਢੀ ਪੈ ਜੂਗੀ। ਅਤੇ ਬਾਕੀ ਚਲੋ ਚੱਲ ਰਿਹਾ ਜੀ ਕੰਮ, ਅਤੇ ਪਿਛਲੇ ਬਲੌਗਾਂ ਦੇ ਵਿੱਚ ਤੁਸੀਂ ਦੇਖ ਲਿਆ ਟਰੈਕਟਰ ਆਪਾਂ ਨੇ ਲੈ ਲਿਆ ਆਪਣੇ ਘਰ ਆ ਗਿਆ। ਅਤੇ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਹੈ ਜੀ, ਜਿਨ੍ਹਾਂ ਨੇ ਬਹੁਤ ਪਿਆਰ ਭੇਜਿਆ, ਬਹੁਤ ਚੰਗੀ ਬਿਸ਼ਿਸ਼ ਦਿੱਤੀ ਹੈ ਵੀ ਚਲੋ ਸਾਰਿਆਂ ਦੇ ਸਹਿਯੋਗ ਨਾਲ ਵੀਰੋ ਵਿਰਥੇ ਨਾ ਜਾ ਵੀ ਜਾਣ ਕੀ ਅਰਦਾਸ, ਪਤਾ ਨਹੀਂ ਕਿਹੜਾ ਕਹਿੰਦਾ ਤਾ ਵੀ ਵਿਚਾਰੇ ਟਰੈਕਟਰ ਲੈ ਲਵੇ ਜਾਂ ਇਹਨਾਂ ਕੋਲ ਵੀ ਟਰੈਕਟਰ ਹੋਵੇ, ਤਾਂ ਵੀ ਪਤਾ ਨਹੀਂ ਕਿਹਦੀ ਅਰਦਾਸ ਹੋਈ ਹੈ। ਅਤੇ ਦੁਬਾਰ ਤੋਂ ਫਿਰ ਦਿਲ ਤੋਂ ਧੰਨਵਾਦ ਹੈ ਜੀ ਤੁਹਾਡਾ। ਅਤੇ ਬਾਕੀ ਪਿਛਲੇ ਕੈਮਰੇ ਦੇ ਨਾਲ ਹੁਣ ਤੁਹਾਨੂੰ ਥੋੜ੍ਹਾ ਜਿਹਾ ਦਿਖਾ ਵੀ ਦਿੰਦਾ ਜੀ ਵੀ ਕਣਕ ਕਿੱਕਣਾ ਖੜੀ ਹੈ ਆਪਣੀ, ਅਤੇ ਨਾਲ ਦੀ ਨਾਲ ਪਾਰਮ ਹੈ ਜੀ ਜਿਹੜਾ ਪਰਸੋਂ ਦਾ ਆਉਂਦਾ ਟਰੈਕਟਰ ਪਰ ਬਹਿ ਜਾਂਦਾ, ਬਸ ਉਹਨੂੰ ਇੱਕੋ ਕੰਮ ਆ, ਚਾਬੀ ਕੱਢੀ ਵੀ ਹੈ। ਅਤੇ ਘਰ ਵੀ ਦਿਖਾਉਂਦੇ ਜੀ, ਮਿਲਾਉਂਦੇ ਘਰਦਿਆਂ ਨਾਲ ਵੀ ਤੁਹਾਨੂੰ, ਅਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਲਓ ਜੀ ਆਹ ਖੜੀ ਆਪਣੀ ਕਣਕ, ਕਣਕ ਵੀ ਦੇਖੋ ਵੀਰੋ ਹੁਣ ਪੂਰੀ ਬਸ ਆਲਾ ਕੈੜੀ ਹੋ ਗਈ ਹੈ, ਦੱਬੇ ਤਾਂ ਦੱਬਦੀ ਨਹੀਂ, ਬਸ ਹੁਣ ਤੋਂ ਬਾਅਦ ਸਮਝ ਲਓ ਵੀ ਇਹ ਦਾਣਾ ਪੈ ਗਿਆ, ਬਸ ਹੁਣ ਇਹਨੇ ਦਾਣੇ ਨੇ ਪਾਣੀ ਉਹ ਪੀਣਾ ਆਪਣਾ, ਜਿਹਨੂੰ ਕਹਿੰਦੇ ਆ ਵੀ ਵਜਨ ਬਣਾਉਣਾ ਆਪਣੇ 'ਚ, ਸੋ ਇੱਕ ਨਾ ਚੱਲੀ ਜਾਂਦਾ ਜੀ ਕੰਮ ਆ। ਲਓ ਐਨ ਵਧੀਆ ਫਸਲ, ਅਤੇ ਇੱਧਰ ਬਾਈ ਮੇਥੇ ਖੜੇ, ਮੇਥਿਆਂ ਨੇ ਵੀ ਰਿਜਾਤ 'ਤੇ ਹਨ ਪੂਰੇ, ਜਿੰਨੇ ਕਹਿ ਦਿਓ ਭੁੱਜੀ ਐਰਾ ਵਗੈਰਾ ਸਬਜ਼ੀ ਰੋਟੀਆਂ ਮੇਥੇ ਦੀਆਂ ਫੁੱਲ ਬਣਨੀਆਂ ਜੀ ਹਨ। ਹਲੋ ਉਹ ਬਾਈ ਹੋਰ ਬੀਜ ਖੜਾ ਇੰਨਾ ਕਹਾ, ਇਹ ਉਰੇ ਦੁੱਲੇ ਦਾ ਬੀਜ ਮਸ਼ੀਨ 'ਚੋਂ ਕੱਢਿਆ ਤਾਂ ਸਾਫ਼ ਕਰਕੇ ਗੇਤਾ ਤਾ, ਆਹ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਵੀ ਕਣਕ ਨੇ ਹਨ ਰੰਗ ਲੱਗ ਗਈ ਬਦਲਣ, ਅਤੇ ਨਾਲ ਦੀ ਨਾਲ ਮੌਸਮ ਨੇ ਵੀ ਰੰਗ ਬਦਲ ਲਏ, ਬੱਦਲਵਾਈ ਹੋਈ ਵੀ ਹੈ ਜੀ ਪੂਰੀ। ਅਤੇ ਹੁਣ ਦੇਖੋ ਵੀਰੋ ਇਹ ਆਹ ਲਓ, ਪਹਿਲਾਂ ਤੁਹਾਨੂੰ ਲੱਗਦੇ ਤੇ ਇਕੱਲੇ ਬੂਟੇ ਬੂਟੇ ਖੜ੍ਹੇ, ਦਿਨ ਪਰ ਦਿਨ ਫਰਕ ਪੈਣ ਲੱਗ ਗਿਆ, ਦੇਖੋ ਸਾਰੇ ਬੂਟਿਆਂ ਨੂੰ ਹੈ ਨਾ ਜਿਹੜੇ ਪੱਤੇ ਲੱਗ ਗਏ ਫੁੱਲ ਬਟਾ ਫੁੱਲ ਆਉਣਾ, ਦੇਖੋ ਬਸ ਹੋਰ 10-15 ਦਿਨ ਦੇ ਵਿੱਚ ਵਿੱਚ ਬਸ ਆ ਮੂਹਰੇ ਮੂਹਰੇ ਚੀਜ਼ਾਂ ਦਿਖਣੀਆਂ ਖੇਤ, ਨਹੀਂ ਤਾਂ ਹੁਣ ਬੂਟਿਆਂ ਨੂੰ ਜਦ ਪੱਤੇ ਨਹੀਂ ਤੇ ਸਭ ਪਾਸੇ ਸਾਰਾ ਕੁਝ ਇੱਦਾਂ ਦਾ ਦੇਖਣਾ। ਆਹ ਗੰਨੇ ਦੇ ਵਿੱਚ ਖੜ੍ਹੇ ਜੀ ਬੂਟੇ, ਇੱਕ ਨਾ ਜੀ ਇਹ ਆਹ ਦੇਖੋ ਇੱਥੇ ਆ ਬੂਟਿਆਂ ਨੂੰ ਵੀ ਪੱਤੇ ਫੁੱਲ ਬਟਾ ਫੁੱਲ ਆ ਗਏ, ਇੱਕ ਨਾ ਜੀ ਅਤੇ ਮੌਸਮ ਹੁਣ ਨੂੰ ਨਹੀਂ ਸੂਰਜ ਚੜ੍ਹਨ ਨੂੰ ਦਿਖਣ ਲੱਗ ਜਾਣਾ ਤਾਂ ਜੀ, ਅਤੇ ਮੌਸਮ ਹੈ ਜੀ ਹੁਣ ਅੱਜ ਖਰਾਬ ਆ, ਬੱਦਲਵਾਈ ਪੂਰੀ ਹੈ। ਚਲੋ ਬਾਕੀ ਘਰ ਜਾ ਕੇ ਪਰਮਰਾਂ ਨਾਲ ਵੀ ਮਿਲਾਉਂਦੇ ਆ ਤੁਹਾਨੂੰ। ਲਓ ਬਾਈ ਖੇਤ ਤੋਂ ਬਾਅਦ ਪਹੁੰਚ ਕੇ ਘਰ, ਪਹਿਲਾਂ ਇੱਧਰ ਬੰਦੇ ਨੂੰ ਦੇਖੋ, ਇਹ ਨਹੀਂ ਉਤਰ ਰਿਹਾ ਟਰੈਕਟਰ ਪਰ, ਤਾਂ ਮੰਨ ਲੱਗਦੀ ਹੈ ਗੱਡੀ ਵਾਂਗੂ ਵੀ ਟਰੈਕਟਰ ਦੀ ਵੀ ਤਰਪਾਲ ਲੈਣੀ ਪੈਣੀ ਹੈ। ਇਹ ਪਰਸੋਂ ਦਾ ਜਦ ਵੀ ਮੈਂ ਆਉਂਦਾ ਵਾ ਇੱਥੇ ਬੈਠਾ ਮਿਲਦਾ ਮੈਨੂੰ, ਚਾਬੀ ਵੈਸੇ ਗੱਡੀ ਵੀ ਹੈ ਟਰੈਕਟਰ ਦੀ। ਚਲੋ ਪਹਿਲਾਂ ਇਹਨੂੰ ਮਿਲੋ ਜੀ, ਹਾਂ ਥੱਲੇ ਉਤਰਨਾ ਕਿ ਨਹੀਂ ਹੁਣ ਕਿਆ? ਅੱਛਾ ਲਓ ਬਾਈ ਪਚਕਾਰੀ ਲੈਣੀ ਹੈ ਪਹਿਲਾਂ,
ਉਹ ਪਚਕਾਰੀ ਮੈਂ ਤੈਨੂੰ ਕਿੱਥੇ ਤੋਂ ਲਿਆ ਕੇ ਦੇਵਾਂ? ਹੈਂ, ਅੱਡੇ 'ਚ ਤੇ ਲੈ ਬਾਈ ਨੇ ਅੱਡੇ 'ਚ ਦੇਖੀ ਵੀ ਦੁਕਾਨ ਪਚਕਾਰੀ ਵਾਲੀ, ਕਹਿੰਦਾ ਪਚਕਾਰੀ ਲੈ ਕੇ ਦੇ ਪਹਿਲਾਂ, ਇਹਦੇ ਆਪਣੀਆਂ ਆਪਣੀਆਂ ਅਲੱਗ ਅਲੱਗ ਡਿਮਾਂਡਾਂ, ਫਿਰ ਰਹਿਣ ਦਾ ਨਹੀਂ ਹੋਲੀ ਮਨਾਉਣ ਨੂੰ। ਹੈਂ, ਤੈਂ ਮੈਨੂੰ ਲੱਗਦੀ ਤਾਂ ਟਰੈਕਟਰ ਮੈਲਾ ਕਰ ਦੇਣਾ ਹੈ, ਉਤਰ ਜੇ ਕਰ ਥੱਲੇ ਮਾੜਾ ਮੋਟਾ। ਲਓ ਬਾਈ ਚਾਬੀ ਕੱਢੀ ਵੀ ਦਿਆ, ਦੇਖੋ ਚਾਬੀ ਰੱਖੀ ਵੀ ਅੰਦਰ, ਪਰ ਇਹ ਨਹੀਂ ਹਟਦਾ। ਇੱਕ ਦੋ ਜਣਿਆਂ ਨੂੰ ਜਿਹੜੇ ਇਹਦੇ ਯਾਰ ਦੋਸਤ ਆ ਉਹ ਵੀ ਉੱਪਰ ਬੈਠੇ ਰਹਿੰਦੇ ਆ। ਉਤਰੇ ਆ ਕਿ ਉਤਰਨਾ ਨਹੀਂ? ਲੈ ਕੇ ਦੱਬ ਦਾ ਪਚਕਾਰੀ ਲੈ ਕੇ ਦੇ, ਚੱਲ ਪਚਕਾਰੀ ਵੀ ਲੈ ਕੇ ਦੇ ਦੂੰਗਾ, ਠੀਕ ਨਹੀਂ? ਇਹ ਲੈ ਬਾਈ ਹੁਣ ਉਤਰਿਆ, ਬਾਈ ਉੱਧਰ ਵੀ ਕੰਮ ਲੱਗੇ ਹੋਏ ਆ, ਉਹਨਾਂ ਨਾਲ ਵੀ ਮਿਲਾਉਂਦਾ, ਠੀਕ ਨਹੀਂ? ਸਾਫ ਸੁਫਾਈ ਚੱਲ ਰਿਹਾ, ਇੱਧਰ ਮਿਸਤਰੀ ਲੱਗਿਆ ਹੋਇਆ ਤਾਂ ਮਲਕੀਤ ਬਾਈ ਦੇ, ਇੱਧਰ ਜਸ਼ਨ ਨੂੰ ਮਿਲੋ ਜੀ ਪਹਿਲਾਂ। ਸਤਿ ਸ਼੍ਰੀ ਅਕਾਲ, ਇੱਧਰ ਮਿਲੋ ਜੀ, ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਛਾ, ਹਾਂ ਬਈ, ਅੱਜ ਤਾਂ ਬੱਚੇ ਰਸੇ ਹੋਏ ਆ ਜੀ ਤੁਹਾਡੇ ਨਾਲ। ਹਾਂ, ਸਵੇਰ ਦਾ ਹੀ ਬੈਠਾ ਟਰੈਕਟਰ, ਮੈਂ ਤਾਂ ਰੋਟੀ ਵੀ ਨਹੀਂ ਚਖਾਦੀ, ਕਹਿੰਦਾ ਪਹਿਲਾਂ ਫੋਨ ਕਰੋ ਪਾਪਾ ਨੂੰ, ਕਲਰ ਦਵਾ ਕੇ ਲਿਆ ਫਿਰ ਉੱਪਰ ਤੇ। ਅੱਛਾ, ਕਲਰ ਠੀਕ ਹੈ, ਠੀਕ ਹੈ, ਢੋਲੀ ਆ ਰਹੀ ਹੈ ਜੀ ਬੱਚਿਆਂ ਨੇ, ਇੰਜੋਏ ਕਰ ਆ ਗਿਆ, ਆ ਗਿਆ ਇੱਧਰ ਬਗਿਆੜ ਆ ਗਿਆ। ਹਾਂ ਬਈ, ਕਲਰ ਲਿਆਉਣੇ ਆ? ਪੰਜ ਕਲਰ ਲੈਣੇ ਕਹਿੰਦਾ ਮੈਂ। ਪੈਸੇ ਗਏ ਮੁੱਕ, ਹੁਣ ਤੂੰ ਆਪਣਾ ਡੱਬਾ ਲੈ ਲੈ ਇੱਕ, ਜਿਹੜਾ ਨਹਾਉਣ ਵਾਲਾ ਹੁੰਦਾ ਉਹਦੇ ਨਾਲ ਖੇਡ ਲੈ ਪਚਕਾਰੀ ਉਹਦੀ ਬਣਾ ਕੇ। ਹਾਂ ਠੀਕ ਹੈ, ਕਿੰਨੇ ਦੇਖੇ ਦੇ ਪਰਸ ਵਿੱਚ ਪਾਪਾ ਦੇ ਪਰਸ ਵਿੱਚ ਕਿੰਨੇ ਪੈਸੇ ਦੇਖੇ ਤੇ ਕੱਲ? ਇੰਨੇ ਕਿੰਨੇ ਪੈਸੇ? ਇੰਨੇ? ਲੈ ਬਾਈ ਹੁਣ ਫਿਰ ਚੱਲ ਪਚਕਾਰੀ ਦਾ ਆਊਂਗਾ, ਫਿਰ ਟਰੈਕਟਰ ਪਰ ਤਾਂ ਨਹੀਂ ਬੈਠੂੰਗਾ। ਲੈ ਹੇ ਬਾ ਹੁਣ ਮਿੰਟੋ ਸਕਿੰਟੀਆ ਬਾਈ, ਉਹ ਦੇਖੋ ਉੱਥੇ ਖੜੇ ਪਰਤੀ ਉਤਰ ਕੇ ਆ ਗਿਆ। ਹੈਂ, ਸਵੇਰ ਦਾ ਹੀ ਬੈਠਾ ਹੈ, ਰੋਟੀ ਵੀ ਥੋੜੀ ਕਿੱਥੇ ਖਲਾ ਕੇ ਆਈ ਸੀ। ਅੱਛਾ, ਫਿਰ ਪਾਪਾ ਨੂੰ ਬੁਲਾਓ ਪਹਿਲਾਂ। ਚੱਲ ਫਿਰ, ਚਲੋ ਚਲੋ ਦਵਾ ਲਿਆ ਮਾਂ ਬਾਈ ਬੱਚਿਆਂ, ਦੇਖ ਕੇ ਆਇਆ ਕੱਲ ਦੁਕਾਨ ਮੇਰੇ ਨਾਲ ਗਿਆ ਤਾ ਜਾਂ ਮੈਂ ਡੱਬਾ ਲੈਣ ਗਿਆ ਤਾ। ਚਲੋ ਬਾਈ ਇੱਧਰ ਬੂਟੇ ਬਾਗਵਾੜੀ ਵੀ ਆਪਣੀ ਵਧੀਆ ਹੋ ਰਹੀ ਹੈ, ਅਤੇ ਆਹ ਬਾਈ ਬੂਟੇ ਕਰਤੇ ਤੇ ਇਕੱਠੇ, ਕਿਉਂਕਿ ਆਹ ਇੱਥੇ ਮਲਕੀਤ ਬਾਈ ਨੇ ਟੀਨਾਂ ਪਾਈਆਂ, ਆਹ ਕੰਧ ਕਰੀ ਇਹਨਾਂ ਨੇ ਲਪਾਈ ਕਰ ਦੇਣੀ ਇਹਨਾਂ ਨੇ, ਅਤੇ ਸਾਫ਼ ਸਫਾਈ ਆ ਉਹ ਦੇਖੋ ਸਮਿੰਟ ਦਾ ਹੋ ਰਿਹਾ, ਮਿਸਤਰੀ ਲੱਗਿਆ ਬਾਈ ਹਲੇ। ਚੱਲਿਆ ਬਈ ਫਿਰ ਮਾਰੀਏ ਫਿਰ ਸਲਫ ਗੱਡੀ ਨੂੰ, ਇਹ ਹਟ ਜਾ। ਲੈ ਚੱਲ ਫਿਰ ਇਹ ਆ ਲਓ, ਲੈ ਭਾਈ ਹੋ ਗਈ ਗੱਡੀ ਸਟਾਰਟ, ਅਤੇ ਬਾਈ ਚੱਲਦੇ ਲੈ ਕੇ ਇਹਨਾਂ ਨੂੰ, ਅਤੇ ਕਮ ਬਾਈ ਟਰੈਕਟਰ ਆਪਣਾ ਇੱਥੇ ਖੜ੍ਹ ਜਾਂਦਾ ਆ ਕੇ ਪੂਰਾ ਐਨ ਛੱਤ ਦੇ ਥੱਲੇ। ਚਲੋ ਜਮ੍ਹਾਂ ਹੀ ਅੰਦਰ ਵੀ ਕਰਾਂਗੇ, ਸਾਨੂੰ ਟਿੱਕਾ ਜਿਹਾ ਲੱਗਦਾ ਥੋੜ੍ਹਾ ਜਿਹਾ, ਇੱਥੇ ਇਹ ਅੰਦਰ ਦੇ ਵਿੱਚ ਸਲਾਹ ਬਣਾਉਂਦੇ ਆ, ਉਹ ਕੰਧ ਕੱਢ ਕੇ ਜਾਂ ਬਾਹਰ ਤੋਂ ਸ਼ਟਰ ਲਵਾਵਾਂਗੇ, ਫਿਰ ਅੰਦਰ ਖੜ੍ਹ ਜੇ ਕਰੂਗਾ ਵਿੱਚੇ ਗੱਡੀ ਵੀ ਵਿਹੜਾ, ਕਿਉਂਕਿ ਬੱਚੇ ਆ ਹੁਣ ਘਰ ਦੇ ਵਿੱਚ, ਇਹਨਾਂ ਨੂੰ ਵੀ ਦਿੱਕਤ ਆ ਥੋੜ੍ਹੀ ਜਿਹੀ ਸਾਈਕਲੀ ਸੁਕਲੀ ਚਲਾਉਣ 'ਤੇ। ਅਤੇ ਚਲੋ ਬਾਕੀ ਚੱਲੀਏ, ਸਟਾਰਟ ਆ ਗੱਡੀ, ਲੈ ਬਾਈ ਨਿਆਣੇ ਵੀ ਤਿਆਰ ਤੇ ਜਿਕਣਾ ਡੀਕਦੇ ਹੁੰਦੇ ਆ, ਚਲੋ ਚੱਲਦੇ। ਲਓ ਬਾਈ ਦਸਮੇ ਸਵੀਟਸ ਦੇ ਨਾਲੇ ਦੁਕਾਨ ਖੁੱਲ੍ਹੀ ਆ ਆਪਣੀ ਹਸ਼ਮੀਤ ਬੁੱਕ ਮਾਰਟ, ਅਤੇ ਬਾਈ ਆਹ ਪਈਆਂ ਪਚਕਾਰੀਆਂ, ਅਤੇ ਕੱਲ੍ਹ ਤਾਂ ਤੁਹਾਨੂੰ ਪਤਾ ਹੈ ਵੀ ਆਪਾਂ ਮਠਿਆਈ ਲੈਣ ਆਉਂਦੇ ਆ ਟਰੈਕਟਰ ਕਰਕੇ, ਆਹ ਬੰਦਾ ਗਿਆ ਦੇਖ। ਚਲੋ ਆਪਾਂ ਅੰਦਰ ਨੂੰ, ਕਿਆ ਕਹਿੰਦੇ ਅੰਕਲ? ਲਓ ਬਾਈ ਚੱਲਦੇ ਅੰਦਰ, ਆ ਲਓ। ਲਓ ਜੀ ਸਤਿ ਸ਼੍ਰੀ ਅਕਾਲ ਜੀ, ਦੇਖ ਲਓ ਫਿਰ ਬੱਚੇ ਆ ਗਏ ਹੈ। ਹਾਂ, ਬੱਚਿਆਂ ਦਾ
ਬਾਈ ਇਹ ਕਹਿੰਦੇ ਵੀ ਲੈਣੇ ਆਏ ਸੀ ਕਲਰ ਨਾਲੇ ਪਚਕਾਰੀਆਂ। ਅੱਛਾ। ਕੱਲ ਆਏ ਤੇ ਅਸੀਂ ਲੱਕੀ ਕੋਲ ਲੈਣ ਬਰਗਰ। ਅੱਛਾ। ਬਾਜਾ ਬੰਦਾ ਅੜਿਆ ਬੈਠਾ ਕਹਿੰਦਾ ਅੱਡਾ ਅੱਡਾ ਬਸ ਬੰਦਾ ਮੰਨਣੀ ਤਾਂ ਹੁਣ ਪੈਣੀ ਆ ਕਰੀਏ ਕਿ ਕਰੋ ਵੀ ਪਸੰਦ ਕਿਹੜੀ ਪਚਕਾਰੀ ਚਾਹੀਦੀ ਆ ਸਾਨੂੰ ਦੂਆ ਕਲਰ ਹੈਗੇ ਆ ਜਿਹੜੇ ਹੋਲੀ ਵਾਲੇ ਆ ਉਹ ਕਲਰਾਂ ਪਰ ਨੀ ਗਾ ਇਹਨਾਂ ਦੀ ਜ਼ਿਆਦਾ ਚੱਕੋ ਵੀ ਫਿਰ ਜਸ਼ਨ ਕਰੋ ਪਸੰਦ ਆਪਣਾ ਅੰਕਲ ਕੋਲ ਨੂੰ ਲਿਆਓ ਚੱਕ ਕੇ ਉਹ ਦੇਖੋ ਬਾਈ ਕਹਿੰਦੇ ਜੌਂਡੀਅਰ ਵੀ ਖੜਾ ਪਰ ਅਸੀਂ ਮਹਿੰਦਰਾ ਲਿਆ ਏ ਆਹ ਖੜਾ ਬਾਈ ਜੌਂਡੀਅਰ ਲੈ ਹੁਣ ਕਲਰ ਲੱਗੂਗੇ ਬਾਈ ਆਪੇ ਚੱਕਣ ਜਿਹੜਾ ਕੁਛ ਚਾਹੀਦਾ ਚੱਕ ਲਓ ਆਪਣਾ ਮੈਨੂੰ ਨਾ ਕਿਹੋ ਵੀ ਪਾਪਾ ਨੇ ਰੋਕਿਆ ਟੋਕਿਆ ਕੁਛ ਨਹੀਂ ਕਹਿਣਾ ਪਸੰਦ ਕਰੋ ਆਪਣੇ ਬੁਲਬਲੇ ਲੈ ਲਾ ਬੁਲਬਲੇ ਵੀ ਲੈ ਲਾ ਪੈਕਟ ਕੱਢ ਲੈ ਇੱਕ ਪੈਕਟ ਕੱਢ ਲੈ ਦੋ ਲੈ ਲਾ ਪੁੱਤ ਪੈਕਟ ਲੈ ਲੈ ਬਸ ਠੀਕ ਆ ਹੋਰ ਚੱਕੋ ਜਿਹੜਾ ਕਲਰ ਚਾਹੀਦਾ ਪਚਕਾਰੀ ਚੱਕ ਲੈ ਬਾਈ ਇੱਧਰ ਨਾਲ ਦੀ ਨਾਲ ਬਾਈ ਹੈਂ ਕੀ ਹਾਲ ਆ ਉਸਤਾਦ ਹੈਂ ਇੱਧਰ ਬਾਈ ਬਣ ਰਹੇ ਆ ਨਿਊਡਲ ਬੱਚਿਆਂ ਦੇ ਦਿਖਾਉਂਦਾ ਆ ਲਓ ਬਾਈ ਨਵੀਆਂ ਨਵੀਆਂ ਆਈਟਮਾਂ ਬਾਈ ਉਤਰ ਕੇ ਬੱਚਿਆਂ ਨੂੰ ਮਿਲੂੰਗੀਆਂ ਹੋਰ ਕਲਰ ਲੈ ਲੈ ਪੁੱਤ ਚੱਕ ਪਾੜ ਲਾ ਹੌਲੀ ਦੇ ਕੇ ਪਾੜੀ ਚਲੋ ਚੱਕੋ ਹੋਰ ਬਸ ਚਲੋ ਫਿਰ ਬਣਾਓ ਪੇਮੈਂਟ ਕਿ ਇਹ ਕਿਆ ਹੈ ਜੀ ਇਹ ਕਿਆ ਹੈ ਇਹ ਵੀ ਦੇ ਦਿਓ ਇੱਕ ਫੜ ਲਓ ਵੀ ਦੋ ਦੇ ਦਿਓ ਲਓ ਬਾਈ ਜੋ ਇਹਨਾਂ ਦੀ ਪਸੰਦ ਹੈ ਇਹਨਾਂ ਨੇ ਆਪਾਂ ਪਿੱਛੇ ਨਹੀਂ ਰਹਿਣ ਦਿੱਤੇ ਠੀਕ ਨਹੀਂ ਆ ਲਓ ਚਲੋ ਬਾਈ ਚਲੋ ਬਾਈ ਹੁਣ ਆਹ ਲੈ ਲੈ ਚਲੋ ਅੰਦਰ ਨੂੰ ਚਲੋ ਅੰਦਰ ਨੂੰ ਹਾਂ ਭੱਜਣਾ ਨਹੀਂ ਲੈ ਕੇ ਅੰਦਰ ਨੂੰ ਚਲੋ ਲਾ ਬਾਈ ਆਪਾਂ ਨੇ ਕੁਛ ਨਹੀਂ ਕਿਹਾ ਇਹਨਾਂ ਨੂੰ ਜਿਹੀ ਜਿਹੀ ਚੀਜ਼ ਇਹਨਾਂ ਨੇ ਲਿੱਤੀ ਦੀ ਲੈ ਬਈ ਪੰਮੂ ਨੇ ਦੇਣੇ ਪੈਸੇ ਹੁਣ ਹਾਂ ਦੇਖਦੇ ਬਾਈ ਕਿਆ ਕਰਦਾ ਪੰਮੂ ਲੈ ਵੀ ਖੁਸ਼ ਹੈ ਬੰਦਾ ਬਾਕੀ ਬਾਈ ਸ਼ੋਪ ਖੁੱਲ੍ਹੀ ਨਵੀਂ ਬੇ ਬੱਚਿਆਂ ਦਾ ਮਨਪਸੰਦ ਸਮਾਨ ਉਰੇ ਸਾਰਾ ਲਓ ਜੀ ਪੰਮੂ ਦੋ ਪੈਸੇ ਭਾਈ
ਪੈਸੇ ਦਿਓ, ਮੇਰੇ ਕੋਲ ਤਾਂ ਹੈ ਨਹੀਂ ਪਤਾ। ਨਾ 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 ਨਹੀਂ, ਆਪਣਾ ਸਮਾਨ ਛੱਡ ਦਿਓ, ਹੱਥ ਮਾਰ ਕੇ ਦੇ ਦਾ ਬਾਈ ਜੇਬ 'ਚ। ਹੈਂ ਹਾਂ ਚਲੋ ਬਾਈ, ਕਰਦੇ ਹਿਸਾਬ ਕਿਤਾਬ।